ਪੰਜਾਬ 'ਚ ਪਾਣੀਆਂ ਦੇ ਮੁੱਦੇ ਸੰਬੰਧੀ ਪੰਜਾਬ ਭਵਨ ਵਿਖੇ ਅੱਜ ਆਲ ਪਾਰਟੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਿਆਸੀ ਦਲਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ SYL ਤੇ ਮਤਾ ਪਾਸ ਕਰਨ ਦੇ ਨਾਲ ਨਾਲ ਨਵਾਂ ਟ੍ਰਿਬਿਊਨਲ ਬਣਾਉਣ ਦੀ ਮੰਗ ਵੀ ਕੀਤੀ ਗਈ। ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਹਰਿਆਣਾ ਨੂੰ ਪਾਣੀ ਦੇਣ ਦੇ ਮਾਮਲੇ ਤੇ ਕੈਪਟਨ ਨੇ ਕਿਹਾ ਕਿ ਪਹਿਲਾਂ ਹਾਲਾਤ ਹੋਰ ਸਨ, ਪਰ ਹੁਣ ਪੰਜਾਬ ਦਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਜੇਕਰ ਪਾਣੀ ਪੰਜਾਬ ਕੋਲ ਹੀ ਨਹੀਂ ਹੈ ਤਾਂ ਗਵਾਂਢੀਆਂ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ? ਅੱਜ ਜੈਸੇ ਤੁਹਾਨੂੰ ਪਤਾ ਹੈ ਸਾਡੇ ਇਹ ਪਾਣੀ ਦਾ ਮਸਲਾ, ਉਹਦੇ 'ਤੇ ਸਾਡੀ ਆਲ ਪਾਰਟੀ ਮੀਟਿੰਗ ਹੋਈ ਸੀ ਔਰ ਮੈਨੂੰ ਇਹ ਬੜੀ ਖੁਸ਼ੀ ਹੈ ਹੁੰਦੀ ਹੈ ਇਹ ਕਹਿੰਦੇ ਕਿ ਟੋਟਲੀ ਯੂਨੈਨਮਸ ਫੈਸਲਾ ਹੋਇਆ ਇਸ ਇਸ਼ੂ 'ਤੇ, ਇੱਕ ਰੈਜੋਲਿਊਸ਼ਨ ਅਡੋਪਟ ਕੀਤਾ ਗਿਆ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਆਲ ਪਾਰਟੀ ਮੀਟਿੰਗ ਰੈਜੋਲਿਊਸ਼ਨ, ਪੰਜਾਬ ਡਜ਼ ਨਾਟ ਹੈਵ ਸਰਪਲਸ ਵਾਟਰ ਐਂਡ ਇਜ਼ ਫੇਸਿੰਗ ਅ ਥ੍ਰੈਟ ਆਫ ਡੈਜ਼ਰਟੀਫਿਕੇਸ਼ਨ ਵਿਦ ਡਿਕਲਾਈਨਿੰਗ ਅਵੇਲੇਬਿਲਿਟੀ ਆਫ ਇਟਸ ਰਿਵਰ ਵਾਟਰ ਐਂਡ ਫਾਸਟ ਡਿਪਲੀਟਿੰਗ ਗਰਾਊਂਡ ਵਾਟਰ। ਸਟੇਟਸ ਗਰਾਊਂਡ ਵਾਟਰ ਦੈਟ ਮੀਟ 73% ਆਫ ਦ ਇਰੀਗੇਸ਼ਨ ਰਿਕੁਆਇਰਮੈਂਟਸ ਹੈਜ਼ ਡਿਕਲਾਈਨ ਟੂ ਅਲਾਰਮਿੰਗ ਲੈਵਲਸ, ਥ੍ਰੈਟਨਿੰਗ ਦ ਵੈਰੀ ਲਾਈਵਲੀਹੁੱਡ ਆਫ ਫਾਰਮਰਸ ਐਂਡ ਅਦਰ ਪੂਅਰ ਪੀਪਲ। ਇਨ ਸੱਚ ਅ ਸਿਚੁਏਸ਼ਨ ਇਟ ਇਜ਼ ਯੂਨੈਨਮਸਲੀ ਰਿਜ਼ੋਲਵਡ that the government of India should ensure that Punjab river water is not in any way transferred from basin to non-basin areas of these three rivers, namely Ravi, Satluj and Bias, as per internationally accepted riparian principle. Further, alternatives should be ascertained, including amendment to the proposed Interstate River Water Disputes Act to set up a new tribunal to ensure complete de novo assessment of availability of river waters before any final decision to harness, develop and provide adequate water to Punjab in a just and equitable manner in keeping with its total demand and securing livelihood of the future generations. Our resolution sort of passed away. No, tribunal, so Government of India Water Resources Department Ministry to decide what sort of tribunal jada hoega. It will be ਉਹਨਾਂ ਦਾ ਫੈਸਲਾ, ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਹੋਊਗਾ ਟ੍ਰਿਬਿਊਨਲ ਦਾ। ਲੇਕਿਨ ਸਰ ਹਰਿਆਣੇ ਦੇ ਐਕਸ ਚੀਫ ਮਿਨਿਸਟਰ ਨੇ ਭੁਪਿੰਦਰ ਸਿੰਘ ਹੁੱਡਾ ਤੁਹਾਡੀ ਪਾਰਟੀ ਦੇ, ਉਹ ਕਹਿ ਚੁੱਕੇ ਨੇ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਜਿਹੜਾ ਹੈਗਾ ਜਿੱਤ ਚੁੱਕੇ, ਚਾਹੇ ਉਹ SYL ਦਾ ਪੰਜਾਬ ਦੇ ਪਾਣੀਆਂ ਦਾ ਹੈਗਾ। ਦੇਖੋ ਮੇਰੀ ਗੱਲ ਸੁਣੋ, ਟਾਈਮ ਟੂ ਟਾਈਮ ਹਾਲਾਤ ਦੇਖਣੇ ਪੈਂਦੇ ਨੇ। ਦੇਰ ਇਜ਼ ਐਨ ਇੰਟਰਨੈਸ਼ਨਲ ਪ੍ਰਿੰਸੀਪਲ, ਹਰ ਕੁਛ ਸਮੇਂ ਬਾਅਦ, ਆਈ ਥਿੰਕ 18 ਸਾਲ ਹੈ 17 ਸਾਲ ਬਾਅਦ ਨਦੀਆਂ ਦਾ ਪਾਣੀ ਚੈੱਕ ਹੁੰਦਾ। ਹੁਣ ਇਰਾਡੀ ਕਮਿਸ਼ਨ ਕਦੋਂ ਹੋਇਆ, 1955 ਦੀ ਐਡਮਿਸ਼ਨ ਕਦੋਂ ਆਪਣੀ ਅਗਰੀਮੈਂਟ ਹੋਈ, ਉਹ ਬਹੁਤ ਹਾਲਾਤ ਬਦਲ ਗਏ ਨੇ। ਇੱਕ ਵਾਰ 17.1 MAF ਪਾਣੀ ਸੀ, ਹੁਣ ਦੱਸਦੇ ਨੇ 13 ਹੋ ਗਿਆ ਸੀ ਪਿੱਛੇ 13, ਤੋਂ ਮੈਂ ਸਮਝਦਾ ਜਿਸ ਤਰੀਕੇ ਨਾਲ ਗਲੇਸ਼ੀਅਰ ਮੈਲਟ ਹੋ ਰਿਹਾ ਉਸ ਤੋਂ ਘੱਟ ਹੋ ਰਿਹਾ। ਤੋ ਜਦੋਂ ਪਾਣੀ ਘੱਟਦਾ ਜਾ ਰਿਹਾ, ਯੂ ਹੈਵ ਟੂ ਹੈਵ ਅ ਨਿਊ ਟ੍ਰਾਈਬਿਊਨਲ ਦੇਖਣ ਨੂੰ। ਵੰਡੋਗੇ ਕੀ ਤੁਸੀਂ? ਹਵਾ ਤਾਂ ਨਹੀਂ ਵੰਡ ਸਕਦੇ ਆਪਾਂ ਨੂੰ, ਪਾਣੀ ਉਹ ਵੰਡਣਾ। ਪਹਿਲਾਂ ਇਹ ਤਾਂ ਚੈੱਕ ਕਰੋ ਕਿ ਨਦੀਆਂ ਦੇ ਵਿੱਚ ਹੈ ਕਿੰਨਾ ਪਾਣੀ, ਉਹ ਟ੍ਰਾਈਬਿਊਨਲ ਪਤਾ ਕਰੂਗੀ, ਉਸ ਤੋਂ ਬਾਅਦ ਹੀ ਉਹ ਆਪਾਂ ਅੱਗੇ ਵੰਡ। ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਵਸੂਲਣ ਦੀ ਉੱਠ ਰਹੀ ਮੰਗ ਨੂੰ ਲੈ ਕੇ ਵੀ ਕੈਪਟਨ ਨੇ ਸਰਕਾਰ ਦਾ ਪੱਖ ਸਾਫ਼ ਕੀਤਾ। CM ਕੈਪਟਨ ਮੁਤਾਬਕ ਕੇਂਦਰ ਨੇ ਇਹ ਕਾਨੂੰਨ ਬਣਾਇਆ ਸੀ ਕਿ ਪਾਣੀ ਦੀ ਕੀਮਤ ਨਹੀਂ ਵਸੂਲੀ ਜਾ ਸਕਦੀ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ SYL ਤੇ ਵੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਅਤੇ ਹੁਣ ਉਹ ਇਹ ਦੇਖਣਗੇ
ਕਿ ਸੁਪਰੀਮ ਕੋਰਟ 'ਚ ਕੀ ਜਵਾਬ ਦੇਣਾ ਹੈ। ਕੈਪਟਨ ਨੇ ਕਿਹਾ ਕਿ ਇਸ ਬਾਰੇ ਕਾਂਗਰਸ ਦਾ ਇੱਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕਰੇਗਾ। ਬਿਕੋਜ਼ ਇਹ ਗੱਲ ਰਾਈਟ ਇਨ ਦ 50s, ਇਹ ਜਦੋਂ ਰਾਜਸਥਾਨ ਨੂੰ ਪਾਣੀ ਚਾਰਜ ਕੀਤਾ ਸੀ, ਗਵਰਨਮੈਂਟ ਆਫ ਇੰਡੀਆ ਨੇ ਉਦੋਂ ਫੈਸਲਾ ਕੀਤਾ ਸੀ ਐਟ ਦ ਟਾਈਮ ਆਫ ਗੁਲਜ਼ਾਰੀ ਲਾਲ ਨੰਦਾ ਜੀ ਕਿ ਦੇਰ ਵਿਲ ਬੀ ਨੋ ਮਨੀ ਚਾਰਜ ਇਨ ਇੰਟਰ ਸਟੇਟ ਟੂ ਸਟੇਟ ਬੇਸਿਸ, ਐਂਡ ਉਹੀ ਚੱਲ ਰਿਹਾ ਉਦੋਂ ਤੋਂ। ਕੀ ਨਹੀਂ ਉਹ ਹੈ, ਪਾਣੀ ਕਿੰਨਾ ਹੈ, ਉਹਦੀ ਵੰਡ ਕੈਸੇ ਹੋਏ, ਜਿੱਥੇ ਤਾਈਂ ਔਨ ਦੀ ਇਸ਼ੂ ਆਫ ਕਿ ਪੇਮੈਂਟ ਕਿਸੇ ਤੋਂ ਰਾਇਲਟੀ ਲੈਣੀ ਹੈ, ਦੈਟ ਇਜ਼ ਅ ਕੁਐਸਚਨ ਆਫ ਪਾਰਲੀਮੈਂਟ ਟੂ ਡਿਸਾਈਡ। ਦੈਟ ਨਾਟ ਆਫ 2016 ਦੇ ਵਿੱਚ ਮਤਾ ਆਪਣੀ ਸਦਨ ਨੇ ਪਾਸ ਕਰ ਚੁੱਕਿਆ ਸਰਬਸੰਮਤੀ ਨਾਲ ਬਿੱਲ ਵਸੂਲਣ ਵਾਸਤੇ ਰਾਜਸਥਾਨ ਤੇ ਔਰ ਅਦਰ ਸਟੇਟਸ ਤੋਂ। ਦੇਖੋ ਇਹ ਪਾਣੀ ਸਟੇਟ ਪੰਜਾਬ ਨਹੀਂ ਫੈਸਲਾ ਕਰ ਸਕਦਾ, ਰਾਜਸਥਾਨ ਇਨਵੋਲਵਡ ਹੈ, ਹਿਮਾਚਲ ਇਨਵੋਲਵਡ ਹੈ, ਦਿੱਲੀ ਇਨਵੋਲਵਡ ਹੈ, ਹਰਿਆਣਾ ਇਨਵੋਲਵਡ ਹੈ, ਬਾਕੀ ਨਰਮਦਾ ਵਾਟਰ ਹੈ, ਕਾਵਰੀ ਵਾਟਰ ਹੈ, ਦਿਸ ਹੈਜ਼ ਟੂ ਬੀ ਅ ਪਾਰਲੀਮੈਂਟਰੀ ਡਿਸੀਜ਼ਨ। ਪਾਰਲੀਮੈਂਟ ਲੈਟ ਅਸ ਸੀ ਹੁਣ ਕੀ ਹੁੰਦਾ। ਹੁਣ ਦੇਖੋ ਪੰਜਾਬ ਸਾਰਾ ਇਕੱਠਾ ਹੋਇਆ ਔਨ ਅ ਵੈਰੀ ਮੇਜਰ ਅਹਿਮ ਇਸ਼ੂ, ਔਰ ਇਹ ਹੁਣ ਅਸੀਂ ਪ੍ਰਾਈਮ ਮਿਨਿਸਟਰ ਤੋਂ ਟਾਈਮ, ਇੰਸੀਡੈਂਟਲੀ ਪ੍ਰਾਈਮ ਮਿਨਿਸਟਰ ਤੋਂ ਅਸੀਂ ਟਾਈਮ ਮੰਗਾਂਗੇ ਔਰ ਅਸੀਂ ਆਲ ਪਾਰਟੀ ਮੀਟਿੰਗ, ਆਲ ਪਾਰਟੀ ਡੈਲੀਗੇਸ਼ਨ ਉਹਨਾਂ ਨੂੰ ਮਿਲ ਜਾਏ। ਓਨਲੀ ਪਾਰਟੀਜ਼ ਜਿਹੜੀਆਂ ਰੈਗੂਲਰ ਪਾਰਟੀਜ਼ ਨੇ ਜੋ ਇਲੈਕਸ਼ਨ ਕਮਿਸ਼ਨ ਰੈਕਗਨਾਈਜ਼ ਕਰਦੀਆਂ ਨੇ ਉਹਨਾਂ ਨੂੰ ਹੀ ਬੁਲਾਇਆ ਗਿਆ। ਮੈਂ ਦੱਸ ਹਾਂਜੀ, ਪੰਜਾਬ ਦਾ ਪਾਣੀ ਹਰ ਸਾਲ 1.5 ਫੁੱਟ ਦਾ ਲੈਵਲ ਘੱਟ ਰਿਹਾ ਧਰਤੀ ਦਾ ਪਾਣੀ, ਉਹਦੇ ਲਈ ਵੀ ਆਪਾਂ ਅੱਜ ਉਹੀ ਇਸ਼ੂਜ਼ ਨੇ, ਦੋਨੋਂ ਇਸ਼ੂ, ਰਿਵਰ ਇਸ਼ੂ ਵੀ ਸੀ, ਰਿਵਰ ਵਾਟਰ ਧਰਤੀ ਦੇ ਪਾਣੀ ਦਾ ਵੀ ਇਸ਼ੂ ਅਸੀਂ ਦੇਖਿਆ। ਐਂਡ ਹਾਂ, ਮੈਂ ਇੱਕ ਗੱਲ ਕਰਨਾ ਚਾਹੁੰਦਾ, ਅਸੀਂ ਡਿਸਾਈਡ ਕੀਤਾ ਕਿ ਹਰ 6-6 ਮਹੀਨੇ ਬਾਅਦ ਅਸੀਂ ਮੀਟ ਕਰਿਆ ਕਰਾਂਗੇ ਟੂ ਰਿਵਿਊ ਜਿਹੜਾ ਕੁਛ ਅਸੀਂ ਕਰਦੇ, ਸਜੈਸ਼ਨ ਹੋਰ ਚੀਜ਼ਾਂ ਦੇ ਵੀ ਆਈਆਂ ਨੇ। ਔਰ ਪੀਐਮ ਦਾ ਤਾਂ ਮੈਂ ਕਹਿਤਾ ਕਿ ਪ੍ਰਾਈਮ ਮਿਨਿਸਟਰ ਆਲ ਪਾਰਟੀ ਡੈਲੀਗੇਸ਼ਨ ਮੀਟ ਕਰੇਗੀ। ਟਾਈਮ ਫਿਕਸ ਹੋ ਗਿਆ, ਟਾਈਮ ਦੇਣ ਦੇਖੋ। ਮੈਂ ਤੁਹਾਨੂੰ ਇੰਨਾ ਕਹਿ ਸਕਦਾ, ਆਈ ਥਿੰਕ ਵੀ ਹੈਵ ਆਲਰੇਡੀ ਰਿਟਨ ਟੂ ਦ ਪ੍ਰਾਈਮ ਮਿਨਿਸਟਰ ਔਨ ਦਿਸ ਇਸ਼ੂ, ਮੈਂ ਲਿਖ ਚੁੱਕਿਆ ਔਰ ਉੱਥੋਂ ਮੈਨੂੰ ਜੋ ਸਾਨੂੰ ਆਵਾਜ਼ ਆ ਰਹੀ ਹੈ ਉਹ ਪੰਜਾਬ ਨੂੰ ਵਿੱਚ ਪਾਉਣਗੇ। ਥੈਂਕ ਯੂ ਵੈਰੀ ਮਚ। ਹੋਰ ਕੀ ਕਹਿ ਰਹੇ ਸੀ ਤੁਸੀਂ ਸਰ? 16 ਸਾਲ ਪਹਿਲਾਂ ਤੁਹਾਡੀ ਗਵਰਨਮੈਂਟ ਵੇਲੇ ਅਨਲਮੈਂਟ ਆਫ ਵਾਟਰ ਐਗਰੀਮੈਂਟਸ ਬਿੱਲ ਪਾਸ ਹੋਇਆ ਸੀ, ਉਹਦਾ ਉਸ ਵਰਗਾ ਕੋਈ ਹੋਰ ਬਿੱਲ ਕੀ ਆਲ ਪਾਰਟੀ ਮੀਟਿੰਗ ਦੀ ਸਹਿਮਤੀ ਦੇ ਨਾਲ ਨਹੀਂ ਕੀਤਾ ਗਿਆ? ਦੇਖੋ ਇਹ ਹਾਲੇ ਤਾਂ ਤੁਸੀਂ ਤਾਂ 4 ਗੁਣ ਅੱਗੇ ਵੱਧ ਗਏ ਹੋ, ਜਰਾ ਥੋੜਾ ਆਰਾਮ ਨਾਲ ਚੱਲਣ ਦੇ। ਰੈਜ਼ੋਲੂਸ਼ਨ ਆ ਗਿਆ, ਬਹੁਤ ਕੀਮਤੀ ਹੈ। ਦੱਸ ਦਈਏ ਕਿ ਪੰਜਾਬ ਵਿੱਚ ਪਾਣੀਆਂ ਦੇ ਦਿਨੋ ਦਿਨ ਘਟਦੇ ਜਾ ਰਹੇ ਪੱਧਰ ਅਤੇ ਪ੍ਰਦੂਸ਼ਿਤ ਹੋ ਰਹੇ ਦਰਿਆਈ ਪਾਣੀ ਸਣੇ ਪਾਣੀਆਂ ਦੇ ਵਸੀਲਿਆਂ ਨੂੰ ਬਚਾਉਣ ਸੰਬੰਧੀ ਅੱਜ ਚੰਡੀਗੜ੍ਹ ਵਿੱਚ ਸਰਬ ਪਾਰਟੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਸ਼ਾਮਿਲ ਹੋਣ ਲਈ ਤਮਾਮ ਪਾਰਟੀਆਂ ਨੂੰ ਸੱਦਾ ਭੇਜਿਆ ਗਿਆ ਸੀ ਅਤੇ ਸਾਰੀਆਂ ਹੀ ਪਾਰਟੀਆਂ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਦਿਆਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਾਂ ਪੱਖੀ ਰਵੱਈਆ ਅਪਣਾਇਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਸ ਮੀਟਿੰਗ ਤੋਂ ਲੋਕ ਇਨਸਾਫ਼ ਪਾਰਟੀ ਨੂੰ ਬਾਹਰ ਰੱਖਿਆ ਗਿਆ, ਜਿਸ ਤੋਂ ਗੁੱਸਾਏ ਬੈਂਸ ਭਰਾਵਾਂ ਨੇ
ਜਿਸ ਤੋਂ ਗੁੱਸੇ ਵਿੱਚ ਆਏ ਬੈਂਸ ਭਰਾਵਾਂ ਨੇ ਪੰਜਾਬ ਭਵਨ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਸੀ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।